ਅਸੀਂ ਛੋਟੇ ਹੁੰਦੇ ਤੋਂ ਹੀ ਸੁਣਦੇ ਆਏ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਬਾਰੇ ਬਾਰ ਬਾਰ ਇਹ ਪ੍ਰਚਾਰਿਆ ਜਾਂਦਾ ਸੀ ਕਿ ਗੁਰੂ ਸਾਹਿਬ ਹਿੰਦ ਦੀ ਚਾਦਰ ਸਨ। ਇਹ ਪ੍ਰਚਾਰ ਇੰਨਾ ਪ੍ਰਚੰਡ ਅਤੇ ਪ੍ਰਬਲ ਸੀ ਕਿ ਸਾਡੀਆਂ ਸਿੱਖ ਸੰਸਥਾਵਾਂ ਵੀ ਇਸ ਦੇ ਪਿੱਛੇ ਲੁਕੇ ਹੋਏ ਰਾਜ ਨੂੰ ਨਹੀਂ ਸਮਝ ਸਕੀਆਂ। ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮਕਾਲੀ ਕਵੀ ਕਵੀ ਸੈਨਾਪਤ ਜੋ ਕਿ 52 ਕਵੀਆਂ ਦੇ ਵਿੱਚੋਂ ਵੀ ਆਉਂਦੇ ਨੇ, ਸਾਨੂੰ ਇਹ ਜਾਣਨਾ ਪਵੇਗਾ ਕਿ ਉਹ ਗੁਰੂ ਸਾਹਿਬ ਦੇ ਲਈ ਕੀ ਕਹਿੰਦੇ ਸਨ। ਉਹਨਾਂ ਨੇ ਕਿਹਾ ਸੀ, ਪ੍ਰਗਟ ਭਏ ਸ਼੍ਰੀ ਤੇਗ ਬਹਾਦਰ ਸਗਲ ਸ੍ਰਿਸ਼ਟ ਮੈਂ ਢਾਪੀ ਚਾਦਰ। ਹੁਣ ਸਵਾਲ ਇੱਥੇ ਇਹ ਹੈ ਕਿ ਕਵੀ ਸੈਨਾਪਤ ਗੁਰੂ ਸਾਹਿਬ ਨੂੰ ਸਗਲ ਸ੍ਰਿਸ਼ਟ ਮੈਂ ਢਾਪੀ ਚਾਦਰ ਕਹਿ ਰਹੇ ਨੇ, ਪਰ ਦੂਜੇ ਬੰਨੇ ਜੋ ਪ੍ਰਚਾਰਿਆ ਗਿਆ ਗੁਰੂ ਸਾਹਿਬ ਨੂੰ ਇੱਕ ਛੋਟੇ ਝਰੋਖੇ ਦੇ ਵਿੱਚੋਂ ਦੇਖ ਕੇ ਸਿਰਫ ਇੱਕ ਰਾਸ਼ਟਰ ਦੇ ਵਿੱਚ ਹੀ ਰਹਿਣ ਦਿੱਤਾ ਗਿਆ, ਉਹਨਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਪ੍ਰਚਾਰਿਆ ਗਿਆ। ਜਦੋਂ ਅਸੀਂ ਇਸ ਤਰ੍ਹਾਂ ਦਾ ਪ੍ਰਚਾਰ ਦੇਖਦੇ ਹਾਂ, ਇੱਦਾਂ ਦੀਆਂ ਸਾਡੇ ਕੋਲ ਹਜ਼ਾਰਾਂ ਐਗਜ਼ਾਮਪਲਸ ਮਿਲ ਜਾਂਦੀਆਂ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਕਿਵੇਂ ਕੀਤੀ ਗਈ।